ਲਓ ਵੀ ਮਿੱਤਰੋ, ਬੜੇ ਟਾਈਮ ਦੀ ਡਿਮਾਂਡ ਸੀ ਟੇਢਾ ਕੱਟ ਅਤੇ ਮਣਕਣੀ ਅੱਖ, ਅਤੇ ਅੱਜ ਫਿਰ ਬਾਪੂ ਦੇ ਫਾਰਮ ਤੋਂ ਵੀਡੀਓ ਵਿਖਾਉਣ ਲੱਗਾ ਤੁਹਾਨੂੰ, ਜਿਹਦੇ ਵਿੱਚ ਦੋਸਤੋ ਸਾਹਮਣੇ ਟੇਢੇ ਕੱਟ ਦੀ ਕੱਟੀ, ਇੱਧਰਲੇ ਪਾਸੇ ਮੋਹਰਾ ਨਸਲ ਦੀ ਕੱਟੀ, ਪੂਰੀ ਗੋਲ ਸਿਰਾਣੇ ਵਰਗੀ ਚੰਗੇ ਸੀਮਨ ਦੀ HLDB ਸੀਮਨ ਦੀ ਕੱਟੀ ਦੱਸਿਆ, ਅਤੇ ਇੱਧਰਲੇ ਪਾਸੇ ਬੂਰੀ ਕੱਟੀ, ਜਿਹੜਾ ਬਾਪੂ ਕਹਿੰਦਾ ਤਿੰਨੇ ਲੈ ਜੂਗਾ, ਤਿੰਨਾਂ ਦਾ ਸੌਦਾ ਇਕੱਠਾ ਕਰੂਗਾ, 50 ਕਿਲੋਮੀਟਰ ਜਾਣ 50 ਆਉਣ, 100 ਕਿਲੋਮੀਟਰ ਦਾ ਅਪ ਡਾਊਨ, ਕਿਰਾਇਆ ਜਿਹੜਾ ਮਾਫ ਆ, ਕਹਿੰਦਾ ਕਿਰਾਇਆ ਮੈਂ ਦੇਊਂਗਾ। ਅੱਜ ਇਹ ਛੋੜ ਕੀਤੀ ਆ ਬਾਪੂ ਨੇ, ਅਤੇ ਲੈਣ ਦੇਣ ਵਾਲਾ ਮੁੱਲ ਜਿਹੜਾ ਜਾਇਜ਼ ਹੀ ਕੀਤਾ ਬਾਪੂ ਨੇ, ਕੋਈ ਨਜਾਇਜ਼ ਨਹੀਂ ਕੀਤਾ। ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ, ਜਿਨ੍ਹਾਂ ਨੇ ਫੁੱਲ ਵੀਡੀਓ ਵੇਖਣੀ ਆ, ਅਤੇ ਤੁਸੀਂ ਦੇਖ ਸਕਦੇ ਸਾਹਮਣੇ ਆਹ ਟੇਢਾ ਕੱਟ ਆ, ਇਕੱਲੀ ਇਕੱਲੀ ਦਾ ਰੇਟ ਹੋਰ ਹੋਊਗਾ, ਅਤੇ ਜੇ ਕੋਈ ਜੋੜਾ ਲਊਗਾ ਇੱਧਰ ਆਹ ਜੋੜਾ, ਇਹ ਰੇਟ ਹੋਰ ਹੋਊਗਾ। ਇਹ ਦੋਸਤੋ ਆਪਦੀ ਹੁਣ ਤੁਸੀਂ ਨਿਰਖ ਪਰ ਕਰ ਲਿਓ, ਕੱਟੀਆਂ ਬਹੁਤ ਸਿਰੇ ਦੀਆਂ ਆਈਆਂ, ਮੈਂ ਤੁਹਾਨੂੰ ਇਹ ਸ਼ੋਰਟ ਪਾ ਰਿਹਾ, ਤਾਂ ਸ਼ੋਰਟ ਪਾ ਕੇ ਤੁਹਾਨੂੰ ਇੱਕ ਵਾਰੀ ਸ਼ੌਂਕ ਕਰਾ ਰਿਹਾ ਕਿ ਜਿਹੜੇ ਮੇਰੇ ਵੀਰ ਪਹਿਲਾਂ ਖਰੀਦਣ ਦੇ ਚਾਹਵਾਨ ਇੱਛਕ ਆ, ਜਿਹੜੇ ਆਪਣੇ ਚੈਨਲ ਨਾਲ ਹਰ ਟਾਈਮ ਜੁੜੇ ਆ, ਅਤੇ ਉਹ ਪਹਿਲਾਂ ਖਰੀਦ ਲੈਣਾ, ਟੇਢਾ ਕੱਟ ਨਹੀਂ ਮਿਲਣਾ ਦੋਸਤੋ, ਬਾਕੀ ਦੁਨੀਆਂ ਤਾਂ ਬਣਾ ਦੀ 1 ਲੱਖ ਰੁਪਈਏ ਚੱਕ ਕੇ ਤੁਰੀ ਫਿਰੇ। ਆਹ ਮਿਲਕ ਵੇਣਾਂ ਨਹੀਂ ਮਿਲਣੀਆਂ ਜਿਹੜੀਆਂ, ਆਹ ਤੁਸੀਂ ਆਰਡਰ 'ਤੇ ਵੇਖ ਸਕਦੇ ਆ, ਆਹ ਥੱਲੇ ਮਿਲਕ ਵੇਣ, ਇਹ ਜਿਹੜੀਆਂ ਚੀਜ਼ਾਂ ਵਾ ਇਹ ਖਾਸੀਅਤ ਹੁੰਦੀ ਆ ਆਪਣਾ ਦੀ, ਕੌਲੀ 'ਚ ਪਾਣੀ ਪਹਿ ਲਓ, ਏਡਾਂ ਦੀ ਕੱਟੀ ਬਾਪੂ ਬਰੀਕ ਲੱਭ ਕੇ ਲਿਆ ਮੋਹਰਾ ਦੀ, ਅਤੇ ਬਹੁਤ ਚੰਗੀਆਂ ਕੱਟੀਆਂ। ਜਿਉਂਦੇ ਵਾਸਤੇ ਰਹੋ ਪੰਜਾਬੀ, ਉਹ ਵੀਡੀਓ ਸ਼ੇਅਰ ਕਰ ਦਿਓ।